ਜਗਰਾਉਂ ਦੇ ਸ਼ੇਰਪੁਰ ਰੋਡ ਫਾਟਕ ਤੇ ਰੇਲਵੇ ਵਿਭਾਗ ਦੀ ਅਣਗਹਿਲੀ ਕਾਰਨ ਉਸ ਸਮੇਂ ਵੱਡੀ ਘਟਨਾ ਹੋਣ ਤੋਂ ਟਲ ਗਈ ਜਦੋਂ ਰੇਲ ਗੱਡੀ ਲੰਘਣ ਤੋਂ ਬਾਅਦ ਰੇਲਵੇ ਦਾ ਫਾਟਕ ਟੁੱਟ ਗਿਆ। ਇਸ ਘਟਨਾ ਵਿੱਚ ਜਗਰਾਉਂ ਨੇੜਲੇ ਪਿੰਡ ਗਾਲਿਬ ਕਲਾਂ ਦੇ ਗੁਰਜੀਤ ਸਿੰਘ ਦੇ ਸਿਰ ਵਿੱਚ ਟੁੱਟਾ ਫਾਟਕ ਵੱਜਾ ਤੇ ਉਸ ਨੂੰ ਗੰਭੀਰ ਸੱਟ ਲੱਗੀ। ਪੀੜਤ ਗੁਰਜੀਤ ਸਿੰਘ ਦੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਗੁਰਜੀਤ ਸਿੰਘ ਪੈਦਲ ਬਾਜ਼ਾਰ ਨੂੰ ਜਾ ਰਿਹਾ ਸੀ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਉਧਰ ਰੇਲਵੇ ਫਾਟਕ ਦੇ ਕੰਮ ਕਰਦੇ ਤਕਨੀਕੀ ਨਿਗਰਾਨ ਰਮਨੇਸ਼ ਕੁਮਾਰ ਨੇ ਦੱਸਿਆ ਕਿ ਉਹ ਫਾਟਕ ਦੀ ਨਿਗਰਾਨੀ ਕਰਦਾ ਹੈ ਤੇ ਅਕਸਰ ਚੈਕਿੰਗ ਕਰਦਾ ਰਹਿੰਦਾ ਹੈ। ਇਹ ਹਾਦਸਾ ਕਿਵੇਂ ਵਾਪਰ ਗਿਆ ਇਸ ਦੀ ਜਾਂਚ ਕੀਤੀ ਜਾਵੇਗੀ। ਉਧਰ ਇਸ ਨੂੰ ਲੈ ਕੇ ਜਦੋਂ ਰੇਲਵੇ ਫਾਟਕ ਦੇ ਗੇਟਮੈਨ ਦੀ ਡਿਊਟੀ ਤੇ ਤਾਇਨਾਤ ਕਰਮਚਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜਦਾ ਨਜ਼ਰ ਆਇਆ। ਮੇਰਾ ਨਾਂ ਗੁਲਜੀਤ ਸਿੰਘ ਜੀ। ਕੀ ਘਟਨਾ ਵਾਪਰੀ ਹੈ ਜੀ? ਇਹ ਗੁਰਮੀਤ ਸਿੰਘ ਜੀ ਵੀ ਅਸੀਂ ਨਾ ਮਤਲਬ ਸ਼ੇਰਪੁਰੇ ਚੌਂਕ ਚੋਂ ਤੇ ਅੰਦਰ ਨੂੰ ਜਾ ਰਹੇ ਸੀ ਬਾਜ਼ਾਰ ਨੂੰ ਤੇ ਅਚਾਨਕ ਇਹ ਮੈਂ ਮੋਟਰਸਾਈਕਲ ਤੇ ਸੀ ਮੂਹਰੇ ਤੁਰ ਕੇ ਅਚਾਨਕ ਨਾ ਫਾਟਕ ਚੱਕ ਕੇ ਇੱਕਦਮ ਟੁੱਟ ਕੇ ਇਹਨਾਂ ਦੇ ਸਿਰ 'ਚ ਵੱਜਿਆ ਤੇ ਫਿਰ ਫਾਟਕ ਜਦੋਂ ਟੁੱਟ ਵੱਜਿਆ ਇਹਨਾਂ ਦੇ ਸਿਰ 'ਚ ਸਿਰ 'ਚ ਸੱਟ ਵੱਜ ਗਈ ਤੇ ਸਿਰ 'ਚ ਸੱਟ ਵਾਹਵਾ ਵੱਜਣ ਕਾਰਨ ਫਿਰ ਤੇ ਜਿਹੜੀ ਪਬਲਿਕ ਸੀਗੀ ਵੀ ਉਹ ਉਹਨਾਂ ਇਹਨਾਂ ਨੂੰ ਲੈ ਗਈ ਹੋਸਪਿਟਲ 'ਚ ਵੀ ਉਹਨਾਂ ਇਲਾਜ ਕਰਾਉਣ ਲਈ ਤੇ ਇਹਨਾਂ ਨੇ ਮਤਲਬ ਰੇਲਵੇ ਵਾਲਿਆਂ ਨੇ ਕੋਈ ਉਹ ਨਹੀਂ ਕੀਤਾ ਸਪੌਂਸ ਨਹੀਂ ਦਿੱਤਾ। ਸੱਟ ਇਹਨਾਂ ਦੇ 9 ਟਾਂਕੇ ਲੱਗੇ ਜੀ। ਹਾਂਜੀ ਉਹਦਾ ਕਿਉਂਕਿ ਵਜਨ ਵਾਲਾ ਹੁੰਦਾ ਨਾ ਸਿਰ 'ਚ ਵੱਜਿਆ ਟੁੱਟਣ ਕਾਰਨ ਕਿਉਂਕਿ ਇਹਨਾਂ ਨੇ ਰੇਲਵੇ ਵਾਲਿਆਂ ਦੀ ਅਣਗਹਿਲੀ ਨਾਲ ਹੀ ਸੱਟ ਵੱਜੀ। ਹਾਂਜੀ ਮੰਗ ਅਸੀਂ ਇਹ ਕਰਦੇ ਵੀ ਸਾਨੂੰ ਵੀ ਇਨਸਾਫ਼ ਦਿੱਤਾ ਜਾਵੇ। ਇਹ ਬੰਦਾ ਹੈਗਾ ਥੋੜ੍ਹਾ ਜਿਹਾ ਨਾ ਤਾਂ ਇਹ ਬੋਲਦਾ ਇੱਥੋਂ ਤੋਂ ਲਾਈਏ ਤੇ ਕੰਮ ਧੰਦੇ ਲਈਓ ਵੀ ਇਹਦੇ ਘਰ ਵੀ ਕੰਮ ਕਰਕੇ ਘਰ ਗੁਜ਼ਾਰਾ ਚੱਲ ਰਿਹਾ ਸੀਗੀ। ਹਾਂਜੀ ਅਣਗਹਿਲੀ ਨਾਲ ਹੀ ਕਿਉਂਕਿ ਚੈੱਕ ਤਾਂ ਕੀਤਾ ਹੀ ਨੀ ਇਹਨਾਂ ਨੇ ਇੱਕ ਦੂਜੇ ਨੂੰ ਕਹਿ ਰਹੇ ਆ ਜੀ। ਹਾਂਜੀ ਨਾਮ ਵਿਮਰੇਸ਼ ਕੁਮਾਰ ESM ਚੌਕੀ ਮਾਨ ਰੇਲਵੇ ਸਟੇਸ਼ਨ ਚੌਕੀ ਮਾਨ ਸੇ ਹੂੰ। ਮੈਂ ਪ੍ਰੋਪਰ ਯਹਾਂ ਆਤਾ ਹੂੰ ਦੇਖਤਾ ਹੂੰ ਚੈੱਕ ਕਰਤਾ ਹੂੰ। ਚੈੱਕ ਕਰਨੇ ਕੇ ਬਾਅਦ ਪਤਾ ਨਹੀਂ ਇਸਮੇ ਕੋਈ ਨੁਕਸ ਹੋਗਾ ਜਿਸੇ ਜੋ ਵੀ ਹੋ ਇਹ ਟੁੱਟ ਗਿਆ ਗੇਟ ਮੈਂ ਯਹਾਂ ਥਾ ਨਹੀਂ ਮੈਂ ਤੋ ਬਾਹਰ ਸੇ ਆ ਰਹਾ ਹੂੰ ਬਦੋਵਾਲ ਸੇ ਜੀ। ਤੋ ਮੈਂ ਆ ਕੇ ਯਹਾਂ ਰਿਪੇਅਰਿੰਗ ਕੇ ਲਈ ਆਇਆ ਹੂੰ। ਕੋਈ ਨੁਕਸਾਨ ਹਾਨੀ ਨਹੀਂ ਹੋਇਆ ਕਿਸੀ ਕੋ ਔਰ ਬਾਕੀ ਮੈਂ ਕਰ ਰਹਾ ਹੂੰ ਯਹਾਂ ਆਇਆ ਹੂੰ ਮੁਰੰਮਤ ਕਰਕੇ ਉਸਕੇ ਬਾਅਦ ਜਾਊਂਗਾ ਯਹਾਂ ਸੇ। ਜਹਾਂ ਪਰ ਗੇਟ ਪੇ ਕਿਸਕੀ ਡਿਊਟੀ ਸੀ? ਇਹ ਪਤਾ ਨਹੀਂ ਹੈ ਗੇਟ ਪਰ ਕਿਸਕੀ ਡਿਊਟੀ ਥੀ ਕਿਸਕੀ ਨਹੀਂ ਥੀ। ਹਾਂ ਤੋ